ਅੱਜ ਦੀਵਾਲੀ ਤੇ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੰਦੀ ਛੋੜ ਬੋਂਜਾ ਰਾਜਿਆਂ ਨੂੰ ਛੁਡਾਇਆ ਭਗਵਾਨ ਰਾਮ ਜੀ ਦੇ ਬੜਾ ਹੀ ਵੱਡਾ ਦਾਨਿਆ ਕਿ ਬਨਵਾਸ ਕਟਿਆ ਹਰ ਹਿੰਦੂ ਸਿੱਖ ਸਾਰੇ ਰਲ ਮਿਲ ਕੇ ਇਹ ਦਿਨ ਨੂੰ ਮਨਾਉਂਦੇ ਨੇ ਦੀਪavali ਨੂੰ ਪਿਛਲਾ ਸਾਲ ਕਰੋਨਾ ਚ ਲੰਗਿਆ ਬਹੁਤ ਲੋਕਾਂ ਨੂੰ ਤੰਗੀ ਹੋਈ ਕੰਮ ਬੰਦ ਹੋ ਗਏ ਸੇਤਾ ਖਰਾਬ ਹੋ ਗਈਆਂ ਕਈ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਪਏ ਪਰ ਬਹੁਤ ساری ਦੁਨੀਆ ਦਾ ਬਚਾਅ ਹੋ ਗਿਆ ਮੈਂ ਡਾਕਟਰ ਸਾਹਿਬਾਨਾਂ ਦਾ ਨਰਸਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਫੀਲਡ ਦੇ ਵਿੱਚ ਸੇਵਾ ਕੀਤੀ ਜਿਨ੍ਹਾਂ ਨੇ ਲੰਗਰ ਲਾਏ ਸ਼੍ਰੋਮਣੀ ਕਾਲੀਦਾਨ ਨੇ ਲੰਗਰ ਵੀ ਲਾਏ ਸੈਨੀਟਾਈਜ਼ਰ ਵੀ ਕੀਤੇ ਪੂਰੀ ਸੇਵਾ ਵੀ ਕੀਤੀ ਅੱਜ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਜਿੱਥੇ ਦੀਪਾਂਵਲੀ ਦਾ ਤਿਹਾਰ ਮਨਾਇਆ ਜਾਂਦਾ ਹੈ ਉੱਥੇ ਨਾਲ ਹੀ ਤੁਸੀਂ ਰੋਜ਼ ਦੇਖਦੇ ਹੋ ਕਿ ਵਿਸ਼ਕਰਮਾ ਦੇ ਸਿਰ ਤੇ ਅੱਜ ਹਾਜ ਬਣ ਗਏ ਵਿਸ਼ਕਰਮਾ ਨੇ ਵੀ ਨਾਲ ਲਿਆ ਟਿੱਕਾ ਵੀ ਨਾਲ ਲਿਆ ਲੱਖ ਲੱਖ ਵਧਾਈ ਨਾਲ ਇੱਕ ਗੱਲ ਸੱਚੇ ਤੌਰ ਤੇ ਕਹਿਣਾ ਚਾਹੁੰਦਾ ਹਾਂ ਕਿ ਇੱਕ ਪਾਸੇ ਤਾਂ ਕਹਿੰਨੇ ਪਰਾਲੀ ਨਹੀਂ ਸਾੜਨੀ ਜਿਹੜੀ ਕਿਸਾਨੀ ਸਾਡਾ ਢਿੱਡ ਭਰਦੀ ਏ ਦੂਜੇ ਪਾਸੇ ਕਹਿੰਦੇ ਪਟਾਕੇ ਚਲਾਉਣੇ ਨੇ 2 ਘੰਟੇ ਇਹ ਜਿਹੜਾ ਨਾ ਪਟਾਕਿਆਂ ਦਾ ਰਵਾਜ ਬੰਦ ਹੋਣਾ ਚਾਹੀਦਾ ਹੈ ਇੰਚ ਕੋਈ ਸ਼ਰਮ ਡੀਸੀ ਨਾ ਕਰੇ ਕੋਈ ਸ਼ਰਮ ਮਿਨਿਸਟਰ ਨਾ ਕਰੇ ਕੋਈ ਵਪਾਰੀ ਇਹ ਵਪਾਰ ਨੂੰ ਸੋਚੀ ਨਾ ਚੰਦ ਦਿਨ ਵਪਾਰੀ ਇਹ ਪਟਾਕਿਆਂ ਦਾ ਕੰਮ ਕਰਦੇ ਨੇ ਕਿ ਵਾਰੀ ਕਰੀਏ ਕਿ ਕਿਰਤ ਬੜੀ ਲੰਬੀ ਚੌੜੀ ਏ ਸਾਲ ਦੀ ਏ ਲੋਕਾਂ ਦੀ ਕਿਉਂ ਖਰਾਬ ਕਰੀਏ ਇਹ ਤੋਂ ਬਚਣਾ ਚਾਹੀਦਾ ਇਸ ਤੋਂ ਗੰਦੀਆਂ ਬਿਮਾਰੀਆਂ ਅੱਗੇ ਆਪਾਂ ਨਹੀਂ ਦੇਖੀਆਂ ਜਿਹੜੀ ਇਹ ਕਰੋਨਾ ਬਿਮਾਰੀ ਆਈ ਇਹ ਪਤਾ ਨਹੀਂ ਕਿੱਥੋਂ ਨਿਕਲੀ ਏ ਕੋਈ ਕਹਿੰਦਾ ਚਾਈਨਾ ਦੇ ਕੋਈ ਉੱਤਲੋਂ ਨਿਕਲੀ ਏ ਕੋਈ ਕਹਿੰਦਾ ਅਮਰੀਕਾ ਕੋ ਨਿਕਲੀ ਏ ਅਜੇ ਡਿਫਾਈਨ ਨਹੀਂ ਹੋ ਸਕਿਆ ਦਵਾਈ ਵੀ ਨਹੀਂ ਬਣ ਸਕੀ ਲੋਕੀ ਆਪਣੀ ਹਿੰਮਤ ਨਾਲ ਬਚ ਗਏ ਜਿਹੜੇ ਵਿਚਾਰੇ ਹੌਸਲਾ ਛੱਡ ਕੇ ਮਾਰੇ ਗਏ ਮੈਂ ਗੁਰੂ ਮਹਾਰੇ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸੱਚਾ ਪਾਤਸ਼ਾਹ ਇਹ ਦੀਪਾਂਵਲੀ ਸਾਡੀ ਇਦਾਂ ਦੀ ਚੜ੍ਹਾ ਕਿ ਲੋਕ ਵਰਜਿਤ ਹੋਣ ਹਰ ਚੀਜ਼ ਤੋਂ ਬਚਣ ਪਰ ਲੇਕਿਨ ਅਸੀਂ ਆਪਣੇ ਆਪ ਨੂੰ ਬਚਾਣਾ ਹੈ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਮੈਂ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਦਿਨਾ ਆਪਣੇ ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਵੱਲੋਂ ਸਰਦਾਰ ਸ਼ਕੀਰ ਸਿੰਘ ਜੀ ਬਾਦਲ ਵੱਲੋਂ ਮਜੀਠੀਆ ਸਾਹਿਬ ਨੂੰ ਜੇ ਕਰੋਨਾ ਹੋਇਆ ਤੇ ਵੇਖੋ ਸੰਗਤ ਦੀ ਸੇਵਾ ਚ ਹੋਇਆ ਤੇ ਮੈਂ ਧੰਨਵਾਦ ਕਰਦਾ ਇਹਨਾਂ ਚੈਨਲਾਂ ਦਾ ਜਿਨ੍ਹਾਂ ਨੇ ਅੱਜ ਆ ਕੇ ਲੋਕਾਂ ਤੱਕ ਸੰਭਚਾਣਾ ਹੈ ਅੱਜ ਅਸੀਂ ਵੀ ਗੁਰੇਜ਼ ਕਰਨਾ ਹੈ ਕਿ ਅਸੀਂ ਵੀ ਬੱਚੀਏ ਲੋਕਾਂ ਨੂੰ ਵੀ ਬਚਾਈਏ ਤੇ ਗੁਰੂ ਮਾਰੇ ਦੇ ਚਰਨਾਂ ਚ ਅਰਦਾਸ ਕਰੀਏ ਕਿ ਸੱਚਾ ਪਾਤਸ਼ਾਹ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ